ਕਿਹੜਾ ਪਿੰਡ ਹੈ ਦੱਸੋ ਗਾਇਜ਼ ਨੂੰ ਪੁੱਛੀ ਸਟੇਸ਼ਨ ਦੇ ਉੱਤੇ ਟਾਂਗੇ ਚ ਬਹਿਣਾ ਤੇ ਉੱਥੇ ਜਾਣਾ ਮਸੀਤ ਦਾ ਨਾਂ ਹੈਗਾ ਕੋਈ ਕੀ ਉਹ ਮਸੀਤ ਦੇ ਕੋਲ ਹੀ ਸਾਡਾ ਘਰ ਹੈ ਨਾਮ ਕਿਦਾਂ ਲੈਣਾ ਉੱਥੇ ਮੈਂ ਆਪਣੇ ਚਾਚੇ ਦਾ ਨਾਂ ਦੱਸਣੀ ਆ ਦੱਸੋ ਇੱਕ ਦਾ ਨਾਂ ਸਦੀਕ ਹੈ ਇੱਕ ਦਾ ਨਾਂ ਸ਼ਫੀ ਹੈ ਇੱਕ ਦਾ ਨਾਂ ਉਮਰ 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 ਸਮਝਾਤਾ ਸਾਰਾ ਡਰੈਸ ਉੱਥੇ ਰਹਿੰਦੇ ਨੇ ਅਰਕੇ ਨਾ ਮਿਲ ਕੇ ਆਪੇ ਕੜੇ ਦਾ ਹੱਥ ਕਾਲੇ ਨਹੀਂ ਹੁੰਦੇ ਨਹੀਂ ਜ਼ਾਤ ਕੀ ਇਹ ਉੱਥੇ ਲੈਣੀ ਹੈ ਕੱਕੇ ਦੇ ਤੁਸੀਂ ਵੀ ਕੱਕੇ ਦੇ ਖੋਖਰੀ ਨਹੀਂ ਖੋਖਰੀ ਮੰਮਾ ਨੇ ਆਜ ਕੱਕੇ ਦੇ ਆ ਕਰ ਮੰਮਾ ਨੇ ਆਜ ਕੱਕੇ ਦੇ ਯਾਰ ਖੋਖਰੀ ਨਾਲ ਦਾ ਨਾਲ ਖੋਖਰੀ ਵੀ ਕਹਿਣਾ ਖੋਖਰ 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 ਪਿੰਡ ਦੇ ਖੋਖਰੀ ਕੱਕੇ ਦੇ ਖੋਖਰੀ ਕੱਕੇ ਦੇ ਹੈਗੇ ਨਹੀਂ ਨਹੀਂ ਖੋਖਰ ਪਿੰਡ ਦੇ ਲਾਹੌਰ ਦੀ ਪੈਦਾਵਾਰ ਗਵਾਲ ਮੰਡੀ ਦੀ ਅੱਛਾ ਤੇ ਮਾਂ ਮੇਰੀ ਜਿੱਥੇ ਵਿਆਹ ਸੀ ਬਾਬੇ ਬੁੰਦੇ ਸ਼ਾਹ ਉੱਥੇ ਮੇਰੀ ਵਾਲਦਾ ਸ਼ਾਦੀ ਹੋਈ ਸੀ ਮਾਨਤ ਅਲੀ ਪੱਟੀ ਨਾਲ ਅੱਛਾ ਕੋਕਰ ਚ ਨਹੀਂ ਜੀ ਨਹੀਂ ਗਵਾਲ ਮੰਡੀ ਨਹੀਂ ਮਾਨਤਲੀ ਖੋਖਰੀ ਸੀ ਨਹੀਂ ਨਹੀਂ ਮਾਨਤਲੀ ਲਾਹੌਰ ਦੇ ਸੀ ਮਾਨਤਲੀ ਪੱਟੀ ਅੱਛਾ ਤੁਹਾਡੀ ਵਾਲਦਾ ਖੋਖਰੀ ਸੀ ਖੋਖਰੀ ਸਾਂ ਸਲਾਮੀਆ ਕਾਲਜ ਤੇ ਤੁਹਾਡਾ ਤੁਸੀਂ ਕੌਣ ਹੋ ਫਿਰ ਅੱਗੋ ਅਸੀਂ ਰਾਜਪੂਤ ਪੱਟੀ ਤੇ ਉਹ ਜਿਹੜੇ ਉਹ ਪਿੱਛੇ ਭਾਈ ਬੈਠੇ ਹੋ ਵੀ ਰਾਜਪੂਤ ਪੱਟੀ ਦੇ ਨਹੀਂ ਇਹ ਸਾਡਾ ਘਰ ਨਹੀਂ ਹੈ ਕੋਈ ਹੋਰ ਵਜ਼ਨ 100 ਕਿਲੋ 101 ਹਾਂਜੀ ਜੇ ਕਿਸੇ ਭਰਾ ਕੋਲ ਨੁਕਸਾ ਹੋਵੇ ਅੱਛਾ ਤੇ ਸਾਨੂੰ ਦੱਸਣ ਕਿ ਵਜ਼ਨ ਕਿਵੇਂ ਘਟਾਇਆ ਜਾਵੇ ਇਹਨਾਂ ਦੇ ਕੰਮ ਨਾਲ ਇਹਨਾਂ ਦਾ ਬੰਦਾ ਜਿਹੜਾ ਵੀ ਮਾਰ ਸਮਾਰ ਰਹਿੰਦਾ ਉਹ ਬੰਦਾ ਨਹੀਂ ਇੱਥੇ ਹੈਗਾ ਜੀ ਤੇ ਅਮੀ ਕਦੋਂ ਜਾਣਾ ਜੀ ਖੋਖਰੀ ਮੈਂ ਕਿਥੇ ਜਾ ਸਕਦੀ ਨਹੀਂ ਟਾਈਮ ਦੇ ਦਿੱਤੇ ਨਾ ਉਸ ਟਾਈਮ ਤੇ ਆ ਜਾਣਗੇ ਸਟੇਸ਼ਨ ਤੇ ਲੈਣ ਮੈਂ ਲੈ ਕੇ ਜਾ ਸਕਦੀ ਹਾਂ ਪਿੰਡ ਤਾਂ ਅਜੇ ਤੱਕ ਮੈਨੂੰ ਤੈਨੂੰ ਕਿੱਥੋਂ ਆ ਮੁੱਜਿਆ ਨਹੀਂ ਇਹਦਾ ਤਨਵੀਰ ਦਾ ਕੰਮ ਹੈਗਾ ਸੀ ਕਿ ਗੱਡੀ ਇਹ ਉੱਥੇ ਹੋਏ ਸੀ ਫੇਰ ਕਿਹੜਾ ਮਜ਼ਾਕ ਸੀ ਕੀਤਾ ਮਜ਼ਾਕ ਤੁਸੀਂ ਕੀਤਾ ਨੀ ਆਣਗੇ ਉਹ ਪੈਸੇ ਲੈ ਕੇ ਮੇਰੇ ਕੋਲ ਖੋ ਕੇ ਲੈ ਜਾਣਗੇ ਕਿਉਂ ਆਏ ਸੀ ਸੀ ਜਦੋਂ ਉਹ ਜਦੋਂ ਆਏ ਨੇ ਗਾਇਸ ਗਾਇਸ ਆਏ ਸੀ ਅਮੀ ਨੂੰ ਕਹਾਂ ਗਾਇਸ ਹਾਲੇ ਵੀ ਕਿੰਨੀ ਬਰਬਾਦੀ 200 ਦਾ ਤੋਲਾ ਸੀ ਸੋਨਾ 60,000 ਰੁਪਿਆ ਮਹੀਨੇ ਮੈਨੂੰ ਸਿਰਫ 15,000 ਰੁਪਿਆ ਮਿਲਿਆ ਸੀ ਮੈਨੂੰ ਯਾਦ ਹੈ ਤੇਰੇ ਪਿਓ ਨੇ ਪੈਸਾ ਇੱਕ ਨੀ ਸੀ ਮੇਰੇ ਕੋਲ ਫੜਿਆ ਕਹਿੰਦਾ
ਤੇਰੀ ਜਾਇਦਾਦ ਹੈ ਤੇ ਤੂੰ ਆਪਣਾ ਦਾਜ ਬਣਾ। ਮੈਂ ਪਲੰਗ ਵੀ ਲਿਆਈ, ਪੇਟੀ ਵੀ ਲਿਆਂਦੀ, ਤੇ ਸੋਫਾ ਵੀ ਲਿਆਂਦਾ, ਟੀ ਵੀ ਵੀ ਲਿਆ, ਤੇ ਉਹਦੀ ਉਹ ਮਾਡਲ ਦਾ ਵਿਆਹ ਵੀ ਕੀਤਾ। ਦੇਖੋ ਜੀ, 30,000 ਇੱਕ ਹੈਗਾ ਕੜਾ। ਉਮੀਦ ਹੁੰਦੀ ਰਹਿੰਦੀ ਉਹਨਾਂ ਨੂੰ। ਪਹਿਲੇ ਆਪਕਾ ਜੋ ਟੈਲੈਂਟ ਹੈ ਉਹ ਕਰਕੇ ਦਿਖਾਏ ਇਨਕੋ। ਜਵਾਬ ਟੀਚਰ ਆਪਣੇ ਦਿਖਾਤੇ ਹਾਂ। ਕਰੇ ਕੁਛ ਕਿਆ ਆਪਕੋ ਤੋ ਕਰਦੇ ਜੀ? ਇਹ ਮੇਰੀ ਨਾਨੀ ਹੈ, ਨਾਨੀ ਜੁਲਰੀ ਖਰੀਦਣ ਆਈ ਹੈ ਯਹਾਂ ਸੇ ਹਮਾਰੇ ਪਾਸ। ਹਾਂ ਇਹ ਸਭ ਲੋਕ ਦੇਖ ਰਿਸ਼ਤੇਦਾਰ ਆਏ ਹਮਾਰੇ, ਸਭ ਲੋਕ ਜੁਲਰੀ ਛੁਲਰੀ ਖਰੀਦਣ ਆਏ ਹੈ। ਦੇਖੋ ਮੇਰੇ ਕਜ਼ਨ ਹੈ, ਇਹ ਕਜ਼ਨ ਹੈ, ਇਨਕਾ ਨਾਮ ਹੈ ਜਹਾਜ਼ ਭੱਟੀ। ਮੇਰੇ ਕਜ਼ਨ ਨਹੀਂ ਵੀ ਹੈ ਲਗਤੇ, ਹਾਂ ਬਾਕੀ ਮੇਰੇ ਕਜ਼ਨ ਲਗਤੇ। ਹਾਂ ਆਪ ਕਿੰਨਾ ਹੈ? ਵਾਲਾ ਮੇਰੇ ਦਾਦਾ ਕੀ ਨਹੀਂ, ਮੇਰੇ ਦਾਦੇ ਨੇ ਨਾਨੀ ਦਾਦੀ ਨੂੰ ਪਾਲਿਆ ਨਾ, ਨਾਨੀ ਨੂੰ, ਤੇ ਫਿਰ ਕਜ਼ਨ ਵੀ ਹੋਇਆ। ਫਿਰ ਤੁਸੀਂ ਮੇਰੇ ਕਜ਼ਨ ਹੈਗੇ ਛੋਟੇ, ਕੋਈ ਆਪਣਾ ਰਿਸ਼ਤੇ ਆਓ ਨਾ ਉਨਕੋ। ਤਬ ਸੇ ਆਪ ਕਹਿ ਰਹੇ ਕੈਮਰਾ ਔਨ ਕਰੋ, ਮੈਂ ਕੁਛ ਕਰਨਾ। ਸ਼ਾਨੀ ਦੇ ਆ ਰਿਹਾ ਕੀ? ਪੰਜ ਭਰਾ ਸੀ ਅਮੀਦ? ਅੱਛਾ, ਇੱਕ ਮੈਂ ਤੇ ਆਪਾਂ ਵਿੱਚ ਕਿੱਥੇ ਗਈ? ਆਪਾਂ ਆਪਾਂ ਅਮੀਦ ਆਪਾਂ ਕੱਢਤੀ ਦਾਦੀ ਚੱਲ। ਹਾਂ ਮਤਲਬ ਟੋਟਲ ਤਿੰਨ ਤੁਸੀਂ ਸੋ, ਦਾਦੀ ਸੀ ਤਾਂ ਤੀਸਰੀ ਭੈਣ ਕਿੱਥੇ ਗਈ? ਹਾਂ ਤਿੰਨ ਕਰਤੀ, ਤੁਸੀਂ ਲੱਗਦਾ ਕਰਤਵ ਨਹੀਂ ਕਹਿਣਾ, ਪਿਛਲੇ ਕਰਤਵ ਪਾਉਣਾ ਪੈਣਾ। ਚਲੇ ਆਪਕੀ ਤੂੰ 2 ਅਕਤੂਬਰ ਕੋ ਸਾਲ ਗਿਆ ਸ਼ਾਦੀ ਕੀ, ਤੋ ਕਿਆ ਤੋਹਫਾ ਦੇਂਗੇ ਆਪਣੀ ਵਾਈਫ ਕੋ ਯੇ ਬੈਠੀ ਹੈ? ਮੋਬਾਈਲ ਦੇਂਗੇ, ਡੱਬਾ ਪੈਗਾ। ਅੱਛਾ ਕੌਣ ਸਾ ਵਾਲਾ? ਐਸਾ 4,000 ਵਾਲਾ ਨਹੀਂ ਉਨਕਾ ਸਟੈਂਡਰਡ ਹੈ। ਪਹਿਲੇ ਹਮ ਵਿਸ਼ ਕਰੇਂਗੇ, ਹਾਂ ਫਿਰ ਸਰਪ੍ਰਾਈਜ਼ ਦੇਂਗੇ। ਫਿਰ ਵੀ ਕੋਈ ਟਾਈਮ ਲੱਗੇਗਾ? ਹਾਂ ਉਹ ਤਾਂ ਉਹ ਦੇਖ ਲਿਓ, ਇੱਕ ਬੈਠੀ ਹੈ ਉਹ ਵਾਲੀ, ਉਹ ਉਹਨਾਂ ਕੁਛ ਸ਼ਰਾਰਤੇ ਸੋਚ ਰਹੀ ਹੈ, ਉਹ ਕੁਛ ਕਹਿ ਰਹੀ ਹੈ। ਕਿਆ ਗਿਫਟ ਦੇਣਾ ਆਪਣੇ ਮੋਬਾਈਲ 4,000 ਵਾਲਾ, ਉਹ ਲੈਣਾ ਚਾਹਤੀ ਹੈ ਕਿ ਨਹੀਂ? ਨਹੀਂ ਉਹ ਕਿਆ ਗਿਫਟ ਦੇਂਗੇ? ਦੋਨੋਂ ਕੋਈ ਪਤਾ ਬਤਾਤੀ ਨਹੀਂ। ਅਬ ਚਲੋ ਤੋ ਹਮੇ ਕਿਆ ਗਿਫਟ ਮਿਲੇਗਾ? ਕੈਸੀ ਬਾਤੇ ਕਰਨੇ ਲੱਗ ਗਏ ਲੋਕ, ਮੋਟਾਪਾ ਨਹੀਂ ਦੇਖਿਆ ਉਹਨਾਂ ਨੇ। ਚਲੇ ਠੀਕ ਹੈ, ਫਿਰ ਆਪਕੋ 2 ਅਕਤੂਬਰ ਕੋ ਦੇਖਤੇ ਹੈ ਕਿਆ ਗਿਫਟ ਦੇਤੇ ਹੈ। ਸਭ ਆਏ 2 ਅਕਤੂਬਰ ਕੋ, ਮੇਰੀ ਦਾਦੀ ਵੀ ਸਭ ਕੋ 100 ਰੁਪਏ ਦੇਂਗੀ, 100 ਰੁਪਏ ਦਾਦੀਆਂ ਵੀ ਮਾਰ ਦੇਂਗੀ ਗਾਇਸ ਕੋ ਜਬ ਆਏਗੇ ਸਾਲਗਿਰਾਹ ਪੇ। 2 ਅਕਤੂਬਰ ਦੇ ਸਾਲਗਿਰਾਹ ਨੂੰ ਕਹਾਂਗੇ ਤੂੰ 100 ਰੁਪਏ ਦੇ ਦੇਣਾ ਜਦੋਂ ਆਉਣਗੇ ਗਾਇਸ।
ਨਹੀਂ ਗਾਇਜ਼ ਨੂੰ ਗਾਇਜ਼ ਵੀ ਆ ਰਹੇ ਨਾ ਗਾਇਜ਼ ਕਰਾ ਥੋੜੀ ਗੱਡਾ ਲਾ ਲਾਂਗੇ ਅੱਜ ਹੀ ਗਾਇਜ਼ ਨੇ ਤੁਹਾਨੂੰ ਮਿਲਣਾਂਗੇ ਮਿਲਣਾ ਮਿਲਣਾ 100 ਰੁਪਏ ਨਹੀਂ 100 ਰੁਪਏ ਦੇਣਾ ਬਸ ਗਾਇਜ਼ ਨੂੰ ਗਾਇਜ਼ ਯਾਰ ਗਾਇਜ਼ ਸਾਰੇ ਸਾਨੂੰ ਵੇਖ ਰਹੇ ਨੇ ਤੁਹਾਨੂੰ ਨਹੀਂ ਗਾਇਜ਼ ਕੋ ਕੌਣ ਦੇਗਾ ਗਾਇਜ਼ ਕੋਈ ਦਾਨੀਆਂ ਵੀ ਦੇਗਾ ਮਾਰੀਏ ਪੈਸੇ ਗਾਇਜ਼ ਕੋ ਦੇ ਨਹੀਂ ਇਹ ਤਾਂ ਤੋ ਆਪ ਕਿਉਂ ਮਵਾਲ ਲੈਣਾ ਤੋ ਥੋੜਾ ਆਪ ਵੀ ਦੇਣਗੇ ਨਾ ਅਸੀਂ ਇਹ ਵੀ ਦੇਵਾਂਗੇ ਇਹਨਾਂ ਕੋ ਦੇਣਾ ਆਪਨੇ ਕਿਤਨੇ ਦੇਣਗੇ ठीक है जी 10,000 आपको ही मिलेगा 10,000 इनको मिलेगा 2 अक्टूबर को गाइस नु कहता हूं देने पैना दांगे कोकर पिंड जाके अपने नहीं जाना कोकर पिंड अपने ਇੱਧਰ ਉੱਧਰ ਅੱਲਾ ਵਾਸਤੇ ਦੀ ਪੜ੍ਹਾਈ ਇੱਧਰ ਵੀ ਅੱਲਾ ਵਾਸਤੇ ਦੀ ਪੜ੍ਹਾਈ ਇਹਨਾਂ ਨੂੰ ਵੀ ਮਿਲ ਗਈ ਉਹ 800 ਸਿੱਧਾ ਉੱਤੇ ਪ੍ਰਮੋਟ ਹਾਂ ਇਹਨਾਂ ਨੇ ਕੋਈ ਤਾਂ ਮੋਦੀ ਪੜ੍ਹਾਈ ਹੈ ਭੈਣ ਜੋ ਤੁਸੀਂ ਪੜ੍ਹੀ ਜਾਓ ਪੜ੍ਹੀ ਜਾਓ ਪ੍ਰਮੋਟ ਤਾਂ ਕਰ ਦੇ ਲੈ ਆਦੇ ਭਰਾ ਹਰੇ ਇਹਨਾਂ ਨੇ ਆਪ ਹੀ ਨਾਲ ਕਿਹਾ ਨਾ ਭਰਾ ਨਹੀਂ ਰਵੇ ਇੱਥੇ ਉਹ ਸਾਰੇ ਤਾਂ ਪਾਣੀ ਪੈ ਜਾਂਦਾ ਪੇਪਰ ਉਹ ਉਹਨਾਂ ਨੂੰ ਪ੍ਰਮੋਟ ਕਰ ਚਲੋ ਲੈ ਪ੍ਰਮੋਟ गाइस ये इन्होंने जो प्रमोट किया अच्छा नहीं किया देखा ये उनकी बेटी है उनका रिजल्ट आया नहीं किया 9th क्लास में उनको प्रमोट नहीं किया कोशिश तो उन्होंने बहुत की ओ वे देखा वो स्त्री चली यार ऐसा नहीं करना चाहिए हमारे बॉक्सिंग के चैंपियन है ये 2 महीने बाद ओलंपिक गेम हो रही है ना हाँ वहाँ पे ये जा रहे हैं अच्छा बहुत अच्छा रिजल्ट देंगे ये पाकिस्तान का नाम रोशन करेंगे बॉक्सिंग में बॉक्सिंग में ये बहुत प्लेयर बच्चा है लेकिन जाएगा जरूर ये चाचे के पास जाएगा तो आप इसके गुरु हैं इसका एक मामू भी इसके साथ जा रहा है इस वक्त वो कल उसकी फाइट थी वो रिलैक्स हो रहे हैं वो आपको मामू दिखा रहे हैं मामू देखिए ये देखो ये मामू की फाइट थी ये बॉक्सिंग चैंपियन में इनकी फाइट थी तो देखिए कल हार लेकिन इनकी तबीयत खराब रहती है इनको तबीयत खराब रहती है तो टीका महंगा हो गया आजकल वो भी इनको टेंशन थोड़ी लगी रहती है इनका एक टैलेंट है मेरे पास वो भी मैं आपको एक दिन दिखाऊंगा टैलेंट आप क्या करेंगे ऐसा देख कुछ करेंगे ना अंदर तो कुछ नहीं होगा ये चीजें की बात है ना आपकी निकली तो फिर क्या जिस तरह चुम्मी की थी उन्होंने बाकी तुम कुछ और समझ लेना कौन है एक वो है मजनू और एक ये है मजनू ये आपको एक सॉन्ग सुनाने लगे बड़े अच्छे गुलकार है रह चुके अपने दौर के चलें जी आपको गाना सुनाने लगे डोला आपके अपने थे
अच्छा नहीं नहीं पैसे अभी नहीं, आपको मैं दूंगा, गाना अच्छा सुनाएंगे तो आपको इनाम दूंगा। चार तो करना पड़ता है। चलिए कौन सा गाना सुनाना चाहते हैं? क्या मसला हुआ? मेरी ने 450 रुपया खर्च कर दिए। अच्छा वो यूनिवर्सिटी नहीं, एनिवर्सरी आपकी आ रही है। यूनिवर्सिटी भी जाना पहले। अच्छा यूनिवर्सिटी जाना है आपने। कितने साल हो गए आपकी शादी को? 30 साल। 30 साल हो गए। हाँ तो यूनिवर्सिटी होना चाहिए अब तो। सॉन्ग सुनाने लगे क्या? गंदा हो कर दिता तुम। कोई और सॉन्ग जो आपको आता हो? खुल के नहीं आप आ रहे, क्या बात है? ये लोग इसलिए देखना चाहते हैं आपके दिल में क्या है, वो आप इनको बताएं। बेगम तो शर्मा रहे हैं। वो वाइफ बैठी है ना, कहते ये है दिल में है। हां वो भी जी अल्लाह सलामत रखे। हां भी ये देखिए नानी भी कह रही है। गाइस गाइस आ रहे हैं, दोनों जी सलामत रहे और 100 रुपया आपको मिलेगा नानी की तरफ से। गाइस को 2 अक्टूबर को गाइस नु। चलो ठीक है, 100-100 के आपको 300 नोट मिलेंगे, यानी कि हो जाता है 3,000-3,000 33,000 आपको मिल जाएगा। आप लोग आ जाना इधर, UBL बैंक है ना, उधर आप मुगलपुर को आ सकते हैं। सबको आपको 100-100 रुपया मिल सकता है। 5 तारीख को आ जाना, पेंशन मिलती है नानी की, तो तब आप लोग आ जाना। हाँ वो कह रही जब मिलेगी तो आप लोगों को बुला लेंगे, तो आप लोग आ जाना। भी आ जाना और 16 क्यों निकलो तुम्हें भी ना आना। मेरी गल याद रखना, बुआ नहीं जे खुलना। देखो कैसा ये आदमी अपनी माँ को कह रहा है खुआ नहीं जे खुलना। खुआ खुआ के बुआ क्या कह रहा तू उसको अपनी मामा को? कह रहा हूँ ये पुत कबूत हो गया देखे। अपनी बीवी को कैसे मार रहे कितना आए हो? जनाजे जब कौन फौत हो गया से? मेरे दोस्त की माँ फौत हो गई है। तो उठे हंस के आए हो? फिर हो गया है कुत्ती हुए चलो दोबारा दोबारा कौन फौत हुआ है? चंगे दुखी हो। चलो चलो कौन फौत हो गया भैन? अच्छा कितने भला फिर ना बागे।